ਡਾਕਟਰ ਜੀ ਐਸ ਗਿੱਲ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਨਤਾ ਹੌਸਪੀਟਲ ਵਿਖੇ ਸੇਵਾ ਕੀਤੀ, ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਡਾਕਟਰ ਗੁਰਬੀਰ ਸਿੰਘ ਗਿੱਲ ਅਤੇ ਸਾਰੇ ਪਰਿਵਾਰ ਨੇ ਜਨਤਾ ਹੌਸਪੀਟਲ ਵਿਖੇ 13 ਹੀ 13 ਮਿਸ਼ਨ ਦੇ ਨਾਲ ਸੇਵਾ ਸ਼ੁਰੂ ਕੀਤੀ। ਇਸ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਬੀੜਾ ਚੁੱਕਿਆ ਗਿਆ ਕਿ ਉਹਨਾਂ ਵੱਲੋਂ 100 ਕੈਂਪ ਲਗਾਏ ਜਾਣਗੇ। ਇਹਨਾਂ ਕੈਂਪਾਂ ਦੀ ਲੜੀ ਦੇ ਤਹਿਤ ਮਿਤੀ 8 ਅਗਸਤ ਨੂੰ ਸੰਤ ਬਾਬਾ ਗੁਰਮੇਲ ਸਿੰਘ ਜੀ ਦੀ 28ਵੀਂ ਬਰਸੀ ਦੇ ਮੌਕੇ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਬਾਘਾ ਪੁਰਾਣਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸਦਾ ਮਰੀਜ਼ਾਂ ਨੇ ਵੱਧ ਚੜ੍ਹ ਕੇ ਲਾਹਾ ਲਿਆ। ਇਸ ਮੌਕੇ ਮਰੀਜ਼ਾਂ ਦੇ ਫ੍ਰੀ ਟੈਸਟ ਅਤੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਕੁਝ ਝਲਕੀਆਂ 'ਤੇ। ਹਰਗੋਬਿੰਦ ਸਾਹਿਬ ਜਿਹੜਾ ਕਿ ਬਾਘਾ ਪੁਰਾਣਾ ਵਿਖੇ ਸਥਿਤ ਹੈ, ਔਰ ਆਪਾਂ ਦੇਖਿਆ ਸੰਤ ਬਾਬਾ
ਗੁਰਮੇਲ ਸਿੰਘ ਜੀ ਦੀ ਬਰਸੀ ਦਾ ਜਿਹੜਾ ਸਮਾਗਮ ਸੀਗਾ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਉਹ ਇਸ ਏਰੀਏ ਦੇ ਪਾਲਣਹਾਰ ਸੀਗੇ, ਇਸ ਏਰੀਏ ਨੂੰ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਇਸ ਏਰੀਏ 'ਚ ਸਕੂਲ ਕਾਲਜ ਦੀਆਂ ਸੇਵਾਵਾਂ ਔਰ ਹੋਰ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਔਰ ਆਪਾਂ ਦੇਖ ਸਕਦੇ ਕਿ ਜਨਤਾ ਹੋਸਪਿਟਲ ਜਿਹੜਾ ਕਿ 13 ਦੀ 13 ਮਿਸ਼ਨ ਦੇ ਅੰਤਰਗਤ ਅੱਜ ਸੁਬਾਹ ਦੇ ਕੈਂਪ ਦੇ ਉੱਤੇ ਆਏ ਆ, ਡਾਕਟਰ ਸਾਹਿਬ ਗੱਲ ਕਰਾਂਗੇ। ਡਾਕਟਰ ਸਾਹਿਬ ਨਾਲ, ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਕਿੰਨੇ ਪੇਸ਼ੈਂਟ ਦੇਖ ਚੁੱਕੇ ਹਾਂ, ਕੀ ਕਹਿਣਾ ਚਾਹੋਗੇ? ਸਰ 150 ਤੋਂ ਜ਼ਿਆਦਾ ਪੇਸ਼ੈਂਟ ਦੇਖ ਲਏ ਆ ਔਰ ਕਾਫੀ ਜ਼ਿਆਦਾ ਉਤਸ਼ਾਹ ਆ ਸੰਗਤਾਂ ਦੇ ਵਿੱਚ ਔਰ ਕਾਫੀ ਵੱਧ ਚੜ੍ਹ ਕੇ ਲੋਕ ਹਿੱਸਾ ਪਾ ਰਹੇ। ਕੀ ਕਹਿਣਾ ਚਾਹੋਗੇ ਕਿ ਡਾਕਟਰ ਗੁਰਬੀਲ ਗਿੱਲ ਜਿਨ੍ਹਾਂ ਨੇ 30,000 ਤੋਂ ਵੱਧ ਲੋਕਾਂ ਨੂੰ ਸਟੰਟ ਤੋਂ ਬਚਾਇਆ ਔਰ ਉਹਨਾਂ ਨੇ ਇਹ ਅੱਜ ਮਿਸ਼ਨ ਨੂੰ ਅੱਗੇ ਵਧਾਉਣ ਦੇ ਵਿੱਚ 13-13 ਮਿਸ਼ਨ ਨੂੰ ਇਹ ਕੈਂਪ ਜਿਹੜੇ ਹੈਗੇ 100 ਕੈਂਪ ਦੀ ਲੜੀ ਦੇ ਵਿੱਚ ਇਹ ਕੈਂਪ ਲੱਗਿਆ ਜਿਹਦੇ ਵਿੱਚ ਲੋੜਵੰਦ ਮਰੀਜ਼ਾਂ ਨੂੰ ਬਿਲਕੁਲ ਫ੍ਰੀ ਦਵਾਈਆਂ ਦਿੱਤੀਆਂ ਗਈਆਂ, ਉਹਨਾਂ ਦੇ ਟੈਸਟ ਕੀਤੇ ਗਏ। ਸਰ ਸਭ ਤੋਂ ਵੱਧ ਕਾਮਯਾਬ ਕੈਂਪਾਂ ਦੀ ਲੜੀ ਵਿੱਚ ਇਹ ਕੈਂਪ ਆਇਆ ਹੈ ਔਰ ਸਾਰੇ ਮਰੀਜ਼ਾਂ ਨੂੰ ਸ਼ੂਗਰ ਫ੍ਰੀ ਚੈੱਕ ਕੀਤੀ ਗਈ ਹੈ, ਮੈਡੀਸਨ ਫ੍ਰੀ ਦਿੱਤੀ ਗਈ ਹੈ ਔਰ ਕਾਫੀ ਜ਼ਿਆਦਾ ਲੋਕਾਂ ਦਾ ਵਿੱਚ ਵੀ ਉਤਸ਼ਾਹ ਆ ਚੈੱਕਅਪ ਕਰਾਉਣ ਦਾ। ਨਵੇਂ ਕਈਆਂ ਦੀ ਨਵੀਂ ਸ਼ੂਗਰ ਵੀ ਡਾਇਗਨੋਸ ਅੱਜ ਹੋਈ ਹੈ। ਜਿਸ ਆਪਾਂ ਦੇਖ ਸਕਦੇ ਕਿ ਹਲੇ ਵੀ ਦਵਾਈਆਂ ਪੂਰੀਆਂ ਭਰੀਆਂ ਹੋਈਆਂ ਨੇ, 155 ਪੇਸ਼ੈਂਟ ਤੁਸੀਂ ਦੇਖ ਚੁੱਕੇ ਹਾਂ। ਕੀ ਕਹਿਣਾ ਚਾਹੋਗੇ ਡਾਕਟਰ ਗੁਰਬੀਰ ਦਾ ਇਹ ਮਿਸ਼ਨ ਹੈ ਕਿ ਮੈਂ ਖੁੱਲ੍ਹ ਕੇ ਕੰਮ ਕਰਨਾ ਹੈਗਾ, ਸੇਵਾ ਕਰਨੀ ਆ ਤਾਂ ਪੂਰੀ ਖੁੱਲ੍ਹ ਕੇ ਸੇਵਾ ਕਰਨੀ? ਸਰ ਸਰ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ 13-13 ਦੀ ਲੜੀ ਵਿੱਚ ਕੈਂਪ ਸ਼ੁਰੂ ਕੀਤੇ ਹੈਗੇ ਆ ਔਰ ਚੈਰੀਟੇਬਲ ਹੋਸਪਿਟਲ ਦੇ ਜਨਤਾ ਕੇਅਰ ਚੈਰੀਟੇਬਲ ਹੋਸਪਿਟਲ ਦੇ ਨਾਮ ਦੇ ਉੱਪਰ ਚੈਰੀਟੇਬਲ ਹੋਸਪਿਟਲ ਲਾਂਚ ਕੀਤਾ ਹੋਇਆ ਹੈ ਔਰ ਇਹਦੇ ਵਿੱਚ ਬੜੇ ਬਹੁਤ ਸਸਤੇ ਰੇਟ ਦੇ ਉੱਤੇ ਇਲਾਜ ਕੀਤਾ ਜਾ ਰਿਹਾ ਜੀ 13-13 ਮਿਸ਼ਨ ਦੇ ਤਹਿਤ। ਔਰ ਹਰਪਾਲ ਸਿੰਘ ਧਾਲੀਵਾਲ ਜਿਨ੍ਹਾਂ ਨੇ ਇਸ ਗੁਰਦੁਆਰੇ ਦੀ ਹੁਣ ਕਮਾਂਡ ਸੰਭਾਲ ਰਹੇ ਨੇ, ਬਾਬਾ ਜੀ ਤੋਂ ਬਾਅਦ ਸੇਵਾ ਜਿਹੜੀ ਇੱਥੇ ਕਰ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਮੌਕਾ ਦਿੱਤਾ ਔਰ ਅੰਦਰ ਆਪਾਂ ਸੇਵਾ? ਸਰ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਸਮਰਥਨ ਦਿੱਤਾ ਔਰ ਸਾਨੂੰ ਬਹੁਤ ਇੱਕ ਸੂਟੇਬਲ ਪਲੇਸ ਦਿੱਤੀ ਉਹਨਾਂ ਨੇ ਕੈਂਪ ਲਾਉਣ ਵਾਸਤੇ। ਉਸ ਜਿਹੜੇ ਡਾਕਟਰ ਦੀ ਟੀਮ ਹੈਗੀ ਆ ਉਹਨਾਂ ਸਾਰਿਆਂ ਨੂੰ ਕਮੇਟੀ ਦੇ ਨਾਲ ਮਿਲ ਕੇ ਜਿਹੜਾ ਹੈਗਾ ਸਰੋਪਾ ਇਹ ਬਖਸ਼ਿਸ਼ ਕਰ ਰਹੇ ਨੇ। ਸਰ ਅੱਜ ਬਾਬਾ ਜੀ ਨੇ ਸਾਨੂੰ ਬਹੁਤ ਵਧੀਆ ਮੌਕਾ ਦਿੱਤਾ ਸੇਵਾ ਕਰਨ ਦਾ 13-13 ਮਿਸ਼ਨ ਦੇ ਤਹਿਤ। 150 ਤੋਂ ਵੱਧ ਮਰੀਜ਼ ਦੇਖੇ ਗਏ ਜਿਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਔਰ ਫ੍ਰੀ ਸ਼ੂਗਰ ਚੈੱਕਅਪ ਕੀਤੀ ਗਈ ਔਰ ਬਹੁਤ ਸਾਰੇ ਮਰੀਜ਼ਾਂ ਨੂੰ ਨਵੀਂ ਵਾਰੀ ਸ਼ੂਗਰ ਡਾਇਗਨੋਸ ਹੋਈ ਜਿਨ੍ਹਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ। ਕੀ ਕਹਿਣਾ ਚਾਹੋਗੇ ਕਿ ਇਹ ਹੋਸਪਿਟਲ ਹਮੇਸ਼ਾ ਅਟੈਚ ਰਹੂਗਾ ਔਰ ਜਿਹੜਾ ਵੀ ਪੇਸ਼ੈਂਟ ਇੱਥੋਂ ਇਹ ਸਾਡੇ ਗ੍ਰੰਥੀ ਸਿੰਘ ਜਾਂ ਕੋਈ ਵੀ ਭੇਜੂਗਾ ਉਸ ਪੇਸ਼ੈਂਟ ਨੂੰ ਖਾਸ ਤੌਰ ਦੇ ਉੱਤੇ ਸੇਵਾ ਉਹਦੇ ਨਾਲ ਬਹੁਤ ਹੀ ਘੱਟ ਹੋਰ ਘੱਟ ਜਿਹੜੀ ਹੈਗੀ ਆ ਸੇਵਾਵਾਂ ਦੇ ਵਿੱਚ ਉਹਨੂੰ ਜਿਹੜਾ ਹੈਗਾ ਜਿਹੜੀ ਵੀ ਫੀਸ ਲਿਤੀ ਹੋਈ? ਸਰ ਅਸੀਂ ਪਹਿਲਾਂ ਹੀ ਬਹੁਤ ਘੱਟ ਰੇਟਾਂ ਦੇ ਉੱਪਰ ਚੱਲ ਰਹੇ ਹਾਂ, ਫਿਰ ਵੀ ਅਸੀਂ ਪੂਰਾ ਮਾਣ ਸਤਿਕਾਰ ਕਰਾਂਗੇ ਜੀ ਕਮੇਟੀ ਦੇ ਜੋ ਵੀ ਇਹਨਾਂ ਦਾ ਰੈਫਰਲ ਸਲਿੱਪ ਆਏਗੀ ਨਾਲ। ਤੁਸੀਂ ਇਹ ਸਮਝੀ ਵੀ ਤੁਸੀਂ ਅਡੋਪਟ ਕਰ ਰਹੇ ਹੋ ਇਸ ਸਥਾਨ ਨੂੰ ਸਾਡੇ ਨੂੰ? ਸਰ 100% ਕਰ ਰਹੇ ਹਾਂ ਜੀ। ਪਹਿਲੀ ਗੱਲ ਤਾਂ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਆਪਣੇ ਮੀਡੀਆ ਦੇ ਥਰੂ, ਤੁਸੀਂ ਜਿਵੇਂ ਅੱਜ ਡਾਕਟਰ ਸਾਹਿਬ ਉਹਨਾਂ ਨੂੰ ਜਲੰਧਰ ਤੋਂ ਲੈ ਕੇ ਆਏ ਹੋ ਇੱਥੇ ਸੇਵਾ ਕਰਨ ਵਾਸਤੇ, ਅਤੇ ਮੈਂ ਸਮਝਦਾ ਕਿ ਤੁਹਾਡੀ ਵੀ ਜਿਹੜੀ ਤੁਹਾਡੇ ਪਰਿਵਾਰ ਦੀ ਜਾਂ ਤੁਹਾਡੀ ਬਹੁਤ ਵੱਡੀ ਦੇਣ ਹੈ ਇਸ ਇਲਾਕੇ ਨੂੰ। ਉਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਆਪਾਂ ਕੋਈ ਗੁਰਦੁਆਰਾ ਸ਼ੁਰੂ ਕੀਤਾ ਤਾਂ ਹੀ ਆਪਾਂ ਕੋਈ ਸੇਵਾ ਕਰ ਸਕਦੇ ਹਾਂ, ਡਾਇਰੈਕਟਲੀ ਇਨਡਾਇਰੈਕਟਲੀ ਬੜੇ ਤਰੀਕਿਆਂ ਦੇ ਨਾਲ ਸੇਵਾ ਹੋ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਕੋਈ ਮੰਦਰ ਹੋਵੇ ਤਾਂ ਹੀ ਸੇਵਾ ਹੋ ਸਕਦੀ ਹੈ, ਕੋਈ ਚਰਚ ਹੋਵੇ ਤਾਂ ਹੀ ਸੇਵਾ ਹੋ ਸਕਦੀ ਹੈ। ਆਪਾਂ ਖੇਡ ਦੇ ਮੈਦਾਨ ਦੇ ਵਿੱਚੋਂ, ਆਪਾਂ ਸਕੂਲਾਂ ਦੇ ਵਿੱਚੋਂ, ਆਪਾਂ ਕਾਲਜਾਂ ਦੇ ਵਿੱਚੋਂ, ਆਪਾਂ ਹਸਪਤਾਲਾਂ ਦੇ ਵਿੱਚੋਂ, ਆਪਾਂ ਈਵਨ ਕੌਂਸਲਿੰਗ ਕਰਕੇ ਕਿਸੇ ਨੂੰ ਸਿਰਫ ਇੱਕ ਗਾਈਡਲਾਈਨਸ ਦੇਣ, ਇੱਕ ਰਸਤਾ ਦਿਖਾ ਕੇ ਵੀ ਉਹ ਵੀ ਆਪਾਂ ਸੇਵਾ ਕਰ ਸਕਦੇ ਹਾਂ। ਜਿਵੇਂ ਡਾਕਟਰ ਸਾਹਿਬ ਫ੍ਰੀ ਸੇਵਾ ਕਰਦੇ ਨੇ, ਅੱਜ ਉਹਨਾਂ ਨੇ ਟੈਸਟ ਕੀਤੇ ਆ ਕਿ ਵੀ ਇਹਨਾਂ ਨੇ ਜਿਵੇਂ ਦੱਸਿਆ ਕਿ ਕਈਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਕਿ ਸਾਨੂੰ ਸ਼ੂਗਰ ਦੀ ਪ੍ਰੋਬਲਮ ਹੈ, ਹੁਣ ਜੇ ਉਹਨਾਂ ਨੂੰ ਪਤਾ ਲੱਗ ਗਿਆ
ਅਤੇ ਉਹ ਆਪਣੇ ਆਪ ਦੀ ਸਿਹਤ ਨੂੰ ਸੰਭਾਲ ਸਕਦੇ ਆ, ਆਪਣੇ ਤੋਂ ਬਚ ਸਕਦੇ ਆ, ਕੋਈ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ। ਇਹ ਵੀ ਇੱਕ ਬਹੁਤ ਵੱਡੀ ਸੇਵਾ। ਸੋ ਇਸ ਕਰਕੇ ਨਾ ਮੈਂ ਸਮਝਦਾ ਕਿ ਅਸੀਂ ਇਹ ਨਾ ਸਮਝੀਏ ਕਿ ਬਈ ਯਾਰ ਮੈਂ ਤਾਂ ਕੁਛ ਕਰ ਨਹੀਂ ਸਕਦਾ। ਨਹੀਂ, ਹਰ ਕੋਈ ਸੇਵਾ ਕਰ ਸਕਦਾ, ਚਾਹੇ ਉਹ ਵੱਡਾ ਹੋਵੇ ਚਾਹੇ ਛੋਟਾ ਹੋਵੇ, ਚਾਹੇ ਉਹ ਗਰੀਬ ਹੋਵੇ ਅਤੇ ਚਾਹੇ ਅਮੀਰ ਹੋਵੇ। ਸੇਵਾ ਭਾਵਨਾ ਹੋਣੀ ਜ਼ਰੂਰੀ ਹੈ ਅਤੇ ਤੁਹਾਡੇ ਜੇਬ 'ਚ ਪੈਸੇ ਹੋਣੇ ਕੋਈ ਜ਼ਰੂਰੀ ਨਹੀਂ ਹੈ। ਤੁਸੀਂ ਸੇਵਾ ਬੜੀ ਹਰ ਤਰ੍ਹਾਂ ਦੇ ਕਰ ਸਕਦੇ ਹਾਂ। ਅਤੇ ਜੇ ਤੁਹਾਡੇ ਤੁਸੀਂ ਆਪਣੇ ਹੱਥਾਂ ਦੇ ਨਾਲ ਸੇਵਾ ਕਰ ਸਕਦੇ ਹਾਂ, ਆਪਣੀ ਜੇ ਤੁਹਾਨੂੰ ਪਰਮਾਤਮਾ ਨੇ ਆਪਾਂ ਨੂੰ ਬੁੱਧੀ ਬਖਸ਼ੀ ਆਪਾਂ ਉਹਦੇ ਨਾਲ ਸੇਵਾ ਕਰ ਸਕਦੇ ਹਾਂ। ਆਪਾਂ ਨੂੰ ਪਰਮਾਤਮਾ ਨੇ ਜੇ ਤੁਹਾਨੂੰ ਕੋਈ ਤੁਹਾਡਾ ਕੋਈ ਕੰਮ ਕਾਰ ਚਲਾਇਆ ਹੋਇਆ ਆਪਾਂ ਉਹਦੇ ਨਾਲ ਸੇਵਾ ਕਰ ਸਕਦੇ ਹਾਂ। ਜੇ ਤੁਹਾਨੂੰ ਕੋਈ ਹੁਨਰ ਦਿੱਤਾ ਹੋਇਆ, ਕੋਈ ਤੁਹਾਨੂੰ ਤੁਸੀਂ ਕੋਈ ਕਲਾ ਦਿੱਤੀ ਹੋਈ ਹੈ ਪਰਮਾਤਮਾ ਨੇ, ਹਰ ਨੂੰ ਕੋਈ ਨਾ ਕੋਈ ਕਲਾ ਦਿੱਤੀ ਹੋਈ ਹੈ। ਜਿਵੇਂ ਸੰਤ ਬਾਬਾ ਗੁਰਮੇਲ ਸਿੰਘ ਜੀ ਕਹਿੰਦੇ ਸੀਗੇ ਕਿ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਬਾਬਾ ਜੀ ਤੁਸੀਂ ਨਾ ਕਰਾਮਾਤ ਦਿਖਾਓ। ਉਹ ਕਹਿੰਦੇ ਜੀ ਕਰਾਮਾਤ ਤਾਂ ਸਾਨੂੰ ਸਾਡੇ ਨਾਂ ਹੈ ਅਤੇ ਨਾ ਸਾਨੂੰ ਕੋਈ ਦਿਖਾਉਣ ਦਾ ਹੁਕਮ ਹੈ। ਹਾਂ ਜੇ ਕਲਾ ਦੇਖਣੀ ਤਾਂ ਦਿਖਾ ਦਿੰਦੇ ਹਾਂ, ਹੈ ਨਾ। ਫਿਰ ਉਹਨਾਂ ਨੇ ਸਮਝਾਇਆ ਕਿ ਪਰਮਾਤਮਾ ਨੇ ਇਹੋ ਜਿਹਾ ਕੋਈ ਇਨਸਾਨ ਨਹੀਂ ਜਿਹਨੂੰ ਕੋਈ ਨਾ ਕੋਈ ਕਲਾ ਨਾ ਦਿੱਤੀ ਹੋਵੇ। ਹਰ ਕੋਲ ਕਿਸੇ ਕੋਲ ਕੋਈ ਕਲਾ, ਕਿਸੇ ਕੋਲ ਕੋਈ ਕਲਾ। ਈਵਨ ਕਿ ਕਈ ਇਹੋ ਜਿਹੇ ਲੋਕ ਹੈ ਜਿਹੜੇ ਕਿ ਉਹ ਜਿਹੜੀ ਆਪਣੀ ਉਹਨਾਂ ਦੀ ਕਲਾ ਜਾਂ ਉਹਨਾਂ ਦੀ ਜਿਹੜੀ ਅਕਲ ਹੈ ਉਹ ਬੜੇ ਗਲਤ ਤਰੀਕੇ ਵਾਸਤੇ ਜਾਂ ਗਲਤ ਆਪਣੇ ਰਾਹ 'ਤੇ ਚੱਲ ਕੇ ਉਹ ਨੁਕਸਾਨ ਵੀ ਕਰਦੇ ਆ ਉਸ ਕਲਾ ਨਾਲ। ਪਰ ਜੇ ਉਸੇ ਐਨਰਜੀ ਨੂੰ, ਨੈਗੇਟਿਵ ਐਨਰਜੀ ਨੂੰ ਜੇ ਪੋਜ਼ੀਟਿਵ ਐਨਰਜੀ ਵਿੱਚ ਵਰਤਿਆ ਜਾ ਸਕੇ ਤਾਂ ਉਹੀ ਬੰਦਾ, ਉਹੀ ਇਨਸਾਨ, ਉਹੀ ਦਿਮਾਗ, ਉਹੀ ਕਲਾ ਬੜੇ ਵਧੀਆ ਕੰਮ ਕਰ ਸਕਦੀ ਹੈ।